ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਲਵਪ੍ਰੀਤ ਕੌਰ ਹਾਜ਼ਰਾਂ ਜੀ। ਗੁਰਨਾਮ ਕੌਰ ਦੁਆਰਾ ਲਿਖੇ ਗਏ ਨਾਵਲ ਰੱਬ ਦੀ ਰਜ਼ਾ ਦਾ ਭਾਗ ਦਸਵਾਂ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ। ਰਣਵੀਰ ਫੜਕੇ ਜੀਤੀ ਨੂੰ ਖੁਦ ਨੂੰ ਸੰਭਾਲਦਾ। ਉਸ ਤੋਂ ਪਹਿਲਾਂ ਹੀ ਉਹ ਦੋਨੋਂ ਘਾਹ 'ਤੇ ਡਿੱਗ ਪੈਂਦੇ ਨੇ। ਜਦ ਮਿੰਟ ਬਾਅਦ ਉਹਨਾਂ ਨੂੰ ਹੋਸ਼ ਆਉਂਦੀ ਆ ਤਾਂ ਉਹ ਦੋਨੋਂ ਹੱਸਣ ਲੱਗ ਜਾਂਦੇ ਨੇ ਥੱਲੇ ਬੈਠ ਕੇ ਹੀ। ਰਣਵੀਰ ਕਹਿੰਦਾ ਆ ਕਿ ਜੇ ਸੱਟ ਲੱਗ ਜਾਂਦੀ ਫਿਰ। ਜਿੱਤੀ ਕਹਿੰਦੀ ਆ ਕਿ ਤੁਸੀਂ ਹੈਗੇ ਤਾਂ ਹੋ। ਰਣਵੀਰ ਹੱਸਾ ਹੋਇਆ ਕਹਿੰਦਾ ਆ ਹਾਂ ਹੈਗਾ ਤੇਰੇ ਲਈ ਮੈਂ ਹਮੇਸ਼ਾ। ਅਤੇ ਫਿਰ ਉਸਦਾ ਹੱਥ ਫੜ ਕੇ ਕਹਿੰਦਾ ਆ ਕਿ ਤੁਸੀਂ ਮੇਰੇ ਨਾਲ ਇੱਦਾਂ ਹੀ ਰਹੋਗੇ ਨਾ। ਤਾਂ ਜਿੱਤੀ ਕਹਿੰਦੀ ਆ ਕਿ ਹਾਂ। ਆਪਣੇ ਆਖਰੀ ਸਾਹ ਤੱਕ ਰਣਵੀਰ ਕਹਿੰਦਾ ਆ ਕਿ ਕੱਲ੍ਹ ਵੀ ਰੱਬ ਤੋਂ ਇਹੀ ਮੰਗਦਾ ਸੀ ਅਤੇ ਅੱਜ ਵੀ ਕਿ ਉਹਦੇ ਆਖਰੀ ਸਾਹ ਤੱਕ ਨਹੀਂ ਮੇਰੇ ਆਖਰੀ ਸਾਹ ਤੱਕ ਸਾਥ ਚਾਹੀਦਾ ਆ। ਜਿੱਤੀ ਉਸਨੂੰ ਦੇਖਦੀ ਰਹਿੰਦੀ ਆ ਅਤੇ ਸੋਚਦੀ ਆ ਕਿ ਜੇ ਰੱਬਾ ਤੂੰ ਮੈਨੂੰ ਇਹਦੇ ਨਾਲ ਨਾ ਬੁਲਾਉਂਦਾ ਤਾਂ ਇਹਦਾ ਭਰੋਸਾ ਟੁੱਟ ਜਾਣਾ ਸੀ। ਸੱਚੀ ਯਕੀਨ ਨਹੀਂ ਹੁੰਦਾ ਰੱਬਾ ਕਿ ਕੋਈ ਇੰਨਾ ਪਿਆਰ ਕਿਸੇ ਨੂੰ ਕਿਵੇਂ ਕਰ ਸਕਦਾ ਆ। ਰਣਵੀਰ ਜੀਤੀ ਦੇ ਸਾਹਮਣੇ ਚੁਟਕੀ ਵਜਾਉਂਦਾ ਆ ਅਤੇ ਕਹਿੰਦਾ ਆ ਕਿ ਮੰਨਿਆ ਮੈਂ ਸੋਹਣਾ ਆ, ਹੈਂਡਸਮ ਆ, ਬਹੁਤ ਕੁੜੀਆਂ ਮਰਦੀਆਂ ਜੱਟ 'ਤੇ, ਪਰ ਇਹਦਾ ਮਤਲਬ ਇਹ ਤਾਂ ਨਹੀਂ ਨਾ ਕਿ ਤੁਸੀਂ ਹਮੇਸ਼ਾ ਮੈਨੂੰ ਐਵੇਂ ਦੇਖਦੇ ਰਹੋਗੇ। ਜੀਤੀ ਕਹਿੰਦੀ ਆ ਕਿ ਉਹ ਹੈਲੋ ਮਿਸਟਰ ਜੱਟ ਸਾਹਿਬ ਜੀ, ਕਿਹੜੀਆਂ ਕੁੜੀਆਂ ਹੋਣਗੀਆਂ ਬਹੁਤ, ਪਰ ਜੱਟੀ ਵਰਗੀ ਨਹੀਂ ਹੋਣੀ ਕੋਈ। ਰਣਵੀਰ ਜੇ ਤੇਰੇ ਵਰਗੀ ਨਹੀਂ ਸੀ ਤਾਂ ਹੀ ਤਾਂ ਤੇਰੇ ਨਾਲ ਪਿਆਰ ਹੋਇਆ ਸੀ। ਜੀਤੀ ਆਹੋ ਜਿਹਨੇ ਦੇਖਣਾ ਸੀ ਦੇਖ ਲਿਆ, ਹੁਣ ਕਿਸੇ ਕੁੜੀ ਵੱਲ ਤੁਸੀਂ ਨਹੀਂ ਦੇਖੋਗੇ। ਰਣਵੀਰ ਅੱਛਾ ਹਰ ਸ਼ਰਤ ਮਨਜ਼ੂਰ, ਪਰ ਪਹਿਲਾਂ ਇਹ ਤਾਂ ਦੱਸੋ ਕਿ ਤੁਸੀਂ ਮੇਰੇ ਬਾਰੇ ਕੀ ਸੋਚਦੇ ਹੋ। ਇਹ ਕਹਿੰਦੇ ਹੋਏ ਉਹ ਆਪਣੀ ਆਈਬ੍ਰੋ ਚੱਕ ਦਿੰਦਾ ਆ। ਜੀਤੀ ਮੈਨੂੰ ਲੇਟ ਹੋ ਰਿਹਾ ਚੱਲੀਏ। ਜੀਤੀ ਉੱਠ ਜਾਂਦੀ ਆ ਤਾਂ ਰਣਵੀਰ ਹੱਥ ਫੜ ਕੇ ਰੋਕਦਾ ਹੋਇਆ ਕਹਿੰਦਾ ਆ ਕਿ ਠੀਕ ਆ ਹੁਣ ਨਹੀਂ ਦੇਣਾ ਜਵਾਬ ਤਾਂ ਕੋਈ ਗੱਲ ਨਹੀਂ, ਇੰਤਜ਼ਾਰ ਕਰ ਲਓ, ਪਰ ਇੱਕ ਥਾਂ ਹੋ ਜਾਣਾ ਤੇਰੇ ਨਾਲ ਮੈਂ। ਜੀਤੀ ਪਿੱਛੇ ਮੁੜ ਕੇ ਕਹਿੰਦੀ ਆ ਕਿ ਕਿੱਥੇ। ਰਣਵੀਰ ਉਸਦੀ ਗੱਲ ਸੁਣ ਕੇ ਬਸ ਹੱਸ ਲੈਂਦਾ ਆ ਅਤੇ ਬਿਨਾਂ ਕੁਛ ਬੋਲੇ ਜੀਤੀ ਨੂੰ ਬਿਠਾ ਕੇ ਲੈ ਜਾਂਦਾ ਆ। ਜੀਤੀ ਪੁੱਛਦੀ ਰਹਿੰਦੀ ਆ ਕਿ ਕਿੱਥੇ ਜਾ ਰਹੇ ਹਾਂ, ਪਰ ਕੋਈ ਜਵਾਬ ਨਹੀਂ। ਜੀਤੀ ਥੋੜ੍ਹੀ ਦੇਰ ਬਾਅਦ ਚੁੱਪ ਕਰ ਜਾਂਦੀ ਆ ਅਤੇ ਕਹਿੰਦੀ ਆ ਕਿ ਇਹਨੇ ਕੁਛ ਨਹੀਂ ਦੱਸਣਾ, ਚੁੱਪ ਹੀ ਚੰਗੀ ਆ। ਰਣਵੀਰ ਕਹਿੰਦਾ ਆ ਕਿ ਚਲੋ ਚੰਗੀ ਗੱਲ ਆ, ਬਹੁਤ ਸੀਤੀ ਚਮਚ ਲੱਗ ਗਈ ਮੈਨੂੰ, ਤੂੰ ਆਉਣ ਵਾਲੀ ਜ਼ਿੰਦਗੀ ਸੌਖੀ ਹੋ ਜਾਓ। ਲੈ ਆ ਗਏ ਜਿੱਥੇ ਆਉਣ ਸੀ ਅਤੇ ਉਹ ਇੱਕ ਗੁਰੂ ਘਰ ਮੂਹਰੇ ਜਾ ਕੇ ਰੋਕ ਦਿੰਦਾ ਆ। ਜੀਤੀ ਕਹਿੰਦੀ ਆ ਕਿ ਇੱਥੇ ਗੁਰੂ ਘਰ। ਜੀਤੀ ਵੱਲ ਦੇਖ ਕੇ ਕਹਿੰਦਾ ਆ ਕਿ ਹਾਂ, ਇੰਨਾ ਸੋਹਣਾ ਤੋਹਫ਼ਾ ਦਿੱਤਾ ਰੱਬ ਨੇ, ਸ਼ੁਕਰੀਆ ਕਰਨਾ ਤਾਂ ਬਣਦਾ ਆ। ਉਂਝ ਵੀ ਜਿਸ ਲਈ ਰੱਬ ਨੂੰ ਮਨਾਇਆ ਆ ਤੈਨੂੰ ਪਾਉਣ ਲਈ, ਉੱਥੇ ਤੈਨੂੰ ਇੱਕ ਵਾਰ ਤਾਂ ਲੈ ਕੇ ਜਾਣਾ ਬਣਦਾ ਆ ਯਾਰ, ਸੋਚਿਆ ਦੋਵੇਂ ਇਕੱਠੇ ਕਰਦੇ। ਜੀਤੀ ਕਹਿੰਦੀ ਆ ਕਿ ਚੱਲਣਾ ਵੀ ਆ ਕਿ ਬਸ ਇੱਥੇ ਖਾ ਟਾਈਮ ਪਾਸ ਕਰਨਾ ਆ। ਰਣਵੀਰ ਇੱਕ ਹੱਥ ਅੱਗੇ ਕਰਕੇ ਕਹਿੰਦਾ ਆ ਕਿ ਆਓ ਹੁਣ ਵਾਲੀ ਸਰਦਾਰਨੀ ਜੀ। ਫਿਰ ਉਹ ਦੋਨੋਂ ਗੁਰੂ ਘਰ ਮੱਥਾ ਟੇਕਦੇ ਆ ਅਤੇ ਰਣਵੀਰ ਉਸ ਨੂੰ ਗੁਰੂ ਘਰ ਦਿਖਾਉਂਦਾ ਆ ਅਤੇ ਉਸ ਗੁਰੂ ਘਰ ਬਾਰੇ ਦੱਸਦਾ ਆ। ਕਿੰਨਾ ਹੀ ਸਮਾਂ ਉਹ ਹੋਰ ਗੱਲਾਂ ਕਰਦੇ ਰਹਿੰਦੇ ਨੇ ਅਤੇ ਫਿਰ ਰਣਵੀਰ ਜੀਤੀ ਨੂੰ ਉਸਦੇ ਭਰਾ ਕੋਲ ਛੱਡਦਾ ਆ ਅਤੇ ਜੀਤੀ ਆਪਣੇ ਭਰਾ ਨਾਲ ਅਤੇ ਰਣਵੀਰ ਆਪਣੇ ਘਰ ਆ ਜਾਂਦੇ ਨੇ। ਰਣਵੀਰ ਘਰ ਆ ਕੇ ਸਭ ਤੋਂ ਪਹਿਲਾਂ ਆਪਣੀ ਮੰਮੀ ਨੂੰ ਪਿੱਛੋਂ ਆ ਕੇ ਗੱਲ ਲਾ ਕੇ ਕਹਿੰਦਾ ਆ ਕਿ ਮੰਮਾ ਅੱਜ ਮੈਂ ਬਹੁਤ 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 ਜ਼ਿਆਦਾ ਖੁਸ਼ ਹਾਂ, ਤਾਂ ਅੱਜ ਮੇਰਾ ਪੁੱਤ ਮੇਰੀ ਹੋਣ ਵਾਲੀ ਨੂੰਹ ਨੂੰ ਮਿਲ ਕੇ ਆਇਆ ਆ, ਕਿਉਂ ਹੈ ਨਾ। ਹਾਂਜੀ ਮੰਮਾ, ਤੁਹਾਨੂੰ ਪਤਾ ਅੱਜ ਉਸ ਕੁੜੀ ਨੇ ਮੇਰੇ ਨਾਲ ਦਿਲ ਖੋਲ੍ਹ ਕੇ ਗੱਲਾਂ ਕੀਤੀਆਂ,
ਜਿਸ ਨੇ ਕਦੇ ਮੇਰੇ ਫਾਲਤੂ ਦੇ ਮੈਸੇਜ ਦਾ ਜਵਾਬ ਤੱਕ ਨਹੀਂ ਦਿੱਤਾ। ਅੱਜ ਉਸ ਕੁੜੀ ਨੇ ਮੇਰੇ ਨਾਲ ਬਕਵਾਸ, ਮਜ਼ਾਕ, ਮਸਤੀ ਕੀਤੀ, ਜਿਹੜੀ ਕਹਿੰਦੀ ਸੀ ਕਿ ਮੇਰੇ ਤੋਂ ਦੂਰ ਰਹੀ। ਮੰਮੀ, ਯਕੀਨ ਨਹੀਂ ਹੁੰਦਾ ਕਿ ਇਹ ਸਭ ਸੱਚੇ ਵਿੱਚ ਹੋ ਰਿਹਾ ਆ, ਪਰ ਚੰਗੀ ਗੱਲ ਆ ਇਹ ਕਿ ਇਹ ਸਭ ਹੋ ਰਿਹਾ ਆ। ਰਣਵੀਰ ਇਹ ਸਭ ਕੁਝ ਇੱਕੋ ਸਾਹ ਵਿੱਚ ਕਹਿੰਦਾ ਆ। ਇਹਨੇ ਨੂੰ ਬਾਹਰੋਂ ਆ ਕੇ ਕੋਈ ਆਵਾਜ਼ ਦਿੰਦਾ ਆ ਕਿ ਆ ਜਾ ਰਣਵੀਰ, ਖੇਡਣ ਚਲੀਏ। ਤਾਂ ਰਣਵੀਰ ਦੇ ਬੋਲਣ ਤੋਂ ਪਹਿਲਾਂ ਜਵਾਬ ਉਸਦੀ ਮਾਂ ਦਿੰਦੀ ਆ ਅਤੇ ਕਹਿੰਦੀ ਆ ਕਿ ਤੁਸੀਂ ਚਲੋ, ਆਉਂਦਾ ਆ ਇਹ। ਪਰ ਮੰਮੀ, ਰਣਵੀਰ ਕੁਝ ਬੋਲਣਾ ਚਾਹੁੰਦਾ ਆ, ਪਰ ਪੁੱਤ ਹੁਣ ਤਾਂ ਸਭ ਕੁਝ ਠੀਕ ਹੋਣ ਵਾਲਾ ਆ ਨਾ, ਫਿਰ ਮੈਨੂੰ ਮੁੜ ਉਹੀ ਰਣਵੀਰ ਚਾਹੀਦਾ, ਮੇਰਾ ਪੁੱਤ। ਨਹੀਂ ਦੇਖ, ਫਿਰ ਮੈਂ ਜੀਤੀ ਨੂੰ। ਠੀਕ ਆ ਠੀਕ ਆ, ਜਾਣਾ ਆ ਮੰਮੀ। ਹੋਰ ਕੁਝ ਨਹੀਂ, ਬਸ ਮੈਨੂੰ ਮੇਰਾ ਪਹਿਲਾਂ ਵਾਲਾ ਹੱਸਦਾ ਖੇਡਦਾ ਰਣਵੀਰ ਚਾਹੀਦਾ ਆ। ਕੁਲਵੰਤ ਕਹਿੰਦੀ, ਠੀਕ ਆ, ਚਲੋ ਮੰਮੀ ਦੀ ਖੁਆਇਸ਼ ਵੀ ਪੂਰੀ ਕਰ ਦਿੰਦੇ ਹਾਂ। ਬਾਈ, ਸ਼ਾਮ ਤੱਕ ਆ ਜਾਓ, ਲੇਟ ਨਾ ਹੋਈ ਜ਼ਿਆਦਾ ਪੁੱਤ। ਰਣਵੀਰ ਇਹ ਬੋਲ ਕੇ ਖੇਡਣ ਚਲਿਆ ਜਾਂਦਾ ਆ। ਰਾਤ ਨੂੰ ਜੀਤੀ ਆਪਣੇ ਭਰਾ ਨੂੰ ਰੋਟੀ ਫੜਾਉਂਦੇ ਹੋਏ ਕਹਿੰਦੀ ਆ ਕਿ ਵੀਰ ਜੀ, ਥੈਂਕ ਯੂ। ਬਲਵਿੰਦਰ ਕਹਿੰਦਾ ਆ ਕਿ ਠੀਕ ਆ, ਇਹ ਦੱਸ ਕਿਵੇਂ ਰਿਹਾ ਦਿਨ, ਸਭ ਠੀਕ ਸੀ ਨਾ, ਤੂੰ ਖੁਸ਼ ਆ ਨਾ? ਬਹੁਤ ਚੰਗਾ ਵੀਰ ਜੀ। ਹਾਂਜੀ, ਬਹੁਤ ਖੁਸ਼ ਹਾਂ ਵੀਰ ਜੀ। ਜੀਤੀ ਕਈ ਗੱਲਾਂ ਰਣਵੀਰ ਬਾਰੇ ਆਪਣੇ ਭਰਾ ਨੂੰ ਦੱਸੀ ਜਾ ਰਹੀ ਸੀ ਅਤੇ ਉਹ ਸਿਰਫ ਹੱਸੀ ਜਾ ਰਿਹਾ ਸੀ। ਭੈਣ ਦੀ ਖੁਸ਼ੀ ਦਾ ਅਸਰ ਭਰਾ ਦੇ ਚਿਹਰੇ 'ਤੇ ਵੀ ਸਾਫ਼ ਦਿਖ ਰਿਹਾ ਸੀ। ਅੱਜ ਬਲਵਿੰਦਰ ਖੁਦ ਵੀ ਬਹੁਤ ਖੁਸ਼ ਸੀ ਆਪਣੀ ਭੈਣ ਨੂੰ ਖੁਸ਼ ਦੇਖ ਕੇ। ਬਲਵਿੰਦਰ ਫਿਰ ਵਿਹਲਾ ਹੋ ਕੇ ਆਪਣੇ ਵਹੁਟੀ ਕੁਲਦੀਪ ਨੂੰ ਫੋਨ ਕਰਦਾ ਆ। ਬਲਵਿੰਦਰ ਤੇ ਕਹਿੰਦਾ ਆ ਕਿ ਚੰਗਾ ਹੋਇਆ ਜੋ ਤੇਰੇ ਕਹਿਣ 'ਤੇ ਜਿੱਤੀ ਰਣਵੀਰ ਨੂੰ ਮਲਾ ਲਿਆ ਆ। ਪਤਾ ਕਿੰਨੀ ਖੁਸ਼ ਆ ਅੱਜ, ਬਹੁਤ ਬਹੁਤ ਜ਼ਿਆਦਾ ਖੁਸ਼ ਸੀ। ਕਿੰਨੀਆਂ ਗੱਲਾਂ ਕੀਤੀਆਂ ਅੱਜ ਉਹਨੇ ਅਤੇ ਉਹ ਵੀ ਰਣਵੀਰ ਬਾਰੇ, ਇਹ ਸਭ ਤੇਰੇ ਕਰਕੇ ਹੋਇਆ ਆ। ਕੁਲਦੀਪ, ਤੁਸੀਂ ਵੀ ਉਹਨੇ ਹੀ ਭਾਗੀਦਾਰ ਹੋ, ਕਿਉਂਕਿ ਜੇ ਤੁਸੀਂ ਮੈਨੂੰ ਨਾ ਦੱਸੇ ਕਿ ਰਣਵੀਰ ਕੁਛ ਇੱਦਾਂ ਦਾ ਚਾਹੁੰਦਾ ਆ ਤਾਂ ਸ਼ਾਇਦ ਮੈਂ ਕਦੇ ਨਹੀਂ ਕਹਿਣਾ ਸੀ ਕਿ ਉਹਨਾਂ ਨੂੰ ਮਿਲਣ ਦੀ। ਬਲਵਿੰਦਰ ਕਹਿੰਦਾ ਆ ਕਿ ਹਾਂ, ਸ਼ਾਇਦ। ਅਗਲੇ ਦਿਨ ਜਿੱਤੀ ਦੀ ਮੰਮੀ ਉਸਨੂੰ ਦੱਸਦੀ ਆ ਕਿ ਉਹਨਾਂ ਦਾ ਵਿਆਹ 2 ਮਹੀਨੇ ਬਾਅਦ ਦੀ ਤਾਰੀਖ ਦਾ ਆ। ਜਿੱਤੀ ਸੁਣ ਕੇ ਕੁਛ ਨਹੀਂ ਕਹਿੰਦੀ। ਕੁਛ ਦਿਨਾਂ ਬਾਅਦ ਅੱਜ ਜਿੱਤੀ ਦੀ ਸਕੂਲੋਂ ਛੁੱਟੀ ਹੁੰਦੀ ਆ ਅਤੇ ਉਹ ਘਰ ਇਕੱਲੀ ਹੁੰਦੀ ਆ। ਰਮਨ ਅਤੇ ਤਰਸੇਮ ਮਨਜੀਤ ਨਾਲ ਬਾਜ਼ਾਰ ਗਏ ਹੁੰਦੇ ਆ, ਘਰ ਵਿੱਚ ਉਹ ਇਕੱਲੀ ਹੁੰਦੀ ਆ। ਜੀਤੀ ਵਿਹੜੇ ਵਿੱਚ ਬੈਠ ਕੇ ਪੜ੍ਹ ਰਹੀ ਹੁੰਦੀ ਆ ਕਿ ਉਸਨੂੰ ਗੇਟ ਖੜਕਣ ਦੀ ਆਵਾਜ਼ ਆਉਂਦੀ ਆ ਅਤੇ ਉਹ ਗੇਟ ਖੋਲਣ ਚਲੀ ਜਾਂਦੀ ਆ। ਜਿਵੇਂ ਹੀ ਉਹ ਗੇਟ ਖੋਲਦੀ ਆ ਤਾਂ ਜੀਤੀ ਦੇ ਚਿਹਰੇ 'ਤੇ ਰੰਗ ਉੱਡ ਜਾਂਦੇ ਨੇ। ਜਦ ਜੀਤੀ ਗੇਟ ਖੋਲਦੀ ਆ ਤਾਂ ਦੇਖਦੀ ਆ ਬਾਹਰ ਹਰਭਜਨ ਖੜਾ ਹੁੰਦਾ ਆ। ਜੀਤੀ ਨੂੰ ਹੈਰਾਨ ਦੇਖੋ ਕਹਿੰਦਾ ਆ ਕਿ ਅੰਦਰ ਤਾਂ ਆ ਸਕਦਾ ਆ ਜੀ। ਜੀਤੀ ਕਹਿੰਦੀ ਆ ਕਿ ਹਾਂਜੀ ਆਓ, ਪਰ ਘਰੇ ਕੋਈ ਨਹੀਂ ਹੈਗਾ, ਸਿਰਫ ਮੈਂ ਹਾਂ। ਹਰਭਜਨ ਕਹਿੰਦਾ ਆ ਕਿ ਤੁਹਾਡੇ ਨਾਲ ਹੀ ਗੱਲ ਕਰਨੀ ਸੀ। ਜੀਤੀ ਕਹਿੰਦੀ ਆ ਕਿ ਮੈਂ ਚਾਹ ਬਣਾ ਕੇ ਲਈ। ਹਰਭਜਨ ਕਹਿੰਦਾ ਆ ਕਿ ਚਾਹ ਰਹਿਣ ਦੀ, ਬਸ ਪਾਣੀ ਪਿਲਾ ਦਿਉ, ਫਿਰ ਮੈਂ ਤੁਹਾਡੇ ਨਾਲ ਗੱਲ ਕਰਕੇ ਜਾਣਾ ਆ, ਮੈਂ ਨਹੀਂ ਚਾਹੁੰਦਾ ਕੋਈ ਤੁਹਾਡੇ 'ਤੇ ਸਵਾਲ ਕਰੇ। ਜੀਤੀ ਪਾਣੀ ਲਿਆ ਕੇ ਦਿੰਦੀ ਹੋਈ ਕਹਿੰਦੀ ਆ ਕਿ ਸਵਾਲਾਂ ਦੀ ਗੱਲ ਹੀ ਨਾ ਕਰੋ ਤਾਂ ਚੰਗਾ ਆ, ਮੇਰੇ ਸਵਾਲਾਂ ਦੇ ਜਵਾਬ ਨਹੀਂ ਹੋਣੇ ਤੁਹਾਡੇ ਕੋਲ। ਹਰਭਜਨ ਪਾਣੀ ਪੀ ਕੇ ਜੀਤੀ ਵੱਲ ਦੇਖ ਕੇ ਫਿਰ ਦੂਜੇ ਪਾਸੇ ਮੂੰਹ ਕਰਕੇ ਕਹਿੰਦਾ ਆ ਕਿ ਜਾਣਦਾ ਆ ਮੇਰੀ ਵਜ੍ਹਾ ਨਾਲ ਤੁਹਾਨੂੰ ਬੜਾ ਕੁਛ ਸਹਿਣਾ ਪਿਆ,
ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣ ਆਇਆ ਆ। ਜੇ ਤਿਉਸ ਵੱਲ ਸਵਾਲ ਭਰਿਆ ਨਜ਼ਰਾਂ ਨਾਲ ਦੇਖਦੀ ਆ, ਹਰਭਜਨ ਬੋਲਣਾ ਸ਼ੁਰੂ ਕਰਦਾ ਆ। ਮੇਰਾ ਵਿਆਹ ਹੋਇਆ ਸੀ ਕੈਨੇਡਾ, ਪਰ ਮੇਰੀ ਮਰਜ਼ੀ ਨਾਲ ਨਹੀਂ। ਉਹ ਕੁੜੀ ਮੈਨੂੰ ਪਿਆਰ ਕਰਦੀ ਸੀ, ਪਰ ਮੈਂ ਨਹੀਂ। ਮੈਂ ਇੰਡੀਆ ਇਸ ਲਈ ਆਇਆ ਸੀ ਤਾਂ ਜੋ ਮਾਪਿਆਂ ਦੀ ਮਰਜ਼ੀ ਨਾਲ ਵਿਆਹ ਕਰਵਾ ਸਕਾਂ, ਉਸ ਕੁੜੀ ਤੋਂ ਪਿੱਛਾ ਛੁਡਵਾ ਸਕਾਂ। ਪਰ ਜਦ ਇੱਥੇ ਆਇਆ ਤਾਂ ਆਪਣੀ ਸਗਾਈ ਤੋਂ ਬਾਅਦ ਹੀ ਮੈਨੂੰ ਕੰਪਨੀ ਵਿੱਚੋਂ ਫੋਨ ਆਉਣ ਲੱਗ ਪਏ, ਪਰ ਅਸਲ ਵਿੱਚ ਉਹ ਸਾਰੇ ਫੋਨ ਉਸ ਕੁੜੀ ਨੇ ਹੀ ਕਰਵਾਏ ਸੀ। ਜਦ ਉੱਥੇ ਪਹੁੰਚਿਆ ਤਾਂ ਉਹਨੇ ਆਪਣੀਆਂ ਮਾਂ ਬਣਨ ਦੀ ਰਿਪੋਰਟ ਦਿਖਾਈ, ਪਰ ਸਾਡੇ ਵਿੱਚ ਇਹੋ ਜਿਹਾ ਕੁਝ ਨਹੀਂ ਹੋਇਆ ਸੀ। ਪਰ ਉਹਨੇ ਮੈਨੂੰ ਯਕੀਨ ਦਵਾਇਆ ਕਿ ਉਹ ਮੇਰਾ ਬੱਚਾ ਆ, ਅਤੇ ਮੈਨੂੰ ਉਹ ਵਿਆਹ ਕਰਵਾਉਣ ਲਈ ਜਾਂ ਅਬੋਰਸ਼ਨ ਲਈ ਕਿਹਾ। ਮੈਂ ਤੇਰੀ ਜ਼ਿੰਦਗੀ ਬਰਬਾਦ ਨਹੀਂ ਕਰਨਾ ਚਾਹੁੰਦਾ ਸੀ, ਇਸ ਲਈ ਗੱਲ ਕਰਨੀ ਬੰਦ ਕਰ ਦਿੱਤੀ ਸੀ। ਮੈਂ ਤੈਨੂੰ ਬਹੁਤ ਪਸੰਦ ਕਰਨ ਲੱਗ ਗਿਆ ਸੀ, ਜਦ ਤੇਰੇ ਨਾਲ ਗੱਲ ਹੁੰਦੀ ਆ ਤਾਂ ਮੈਂ ਖੁਸ਼ ਹੋ ਜਾਂਦਾ ਸੀ, ਪਰ ਸ਼ਾਇਦ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ। ਮੈਨੂੰ ਤਾਂ ਉਸ ਗਲਤੀ ਦੀ ਸਜ਼ਾ ਮਿਲ ਰਹੀ ਆ ਜੋ ਮੈਂ ਕੀਤੀ ਹੀ ਨਹੀਂ। ਉਸ ਕੁੜੀ ਨੇ ਥੋੜ੍ਹਾ ਸਮਾਂ ਮਾਂ ਬਣਨ ਦਾ ਝੂਠ ਚੱਲਿਆ ਅਤੇ ਫਿਰ ਸੱਚ ਮੇਰੇ ਸਾਹਮਣੇ ਆ ਗਿਆ। ਜਦ ਉਹਨੂੰ ਇਸ ਝੂਠ ਦੀ ਵਜ੍ਹਾ ਪੁੱਛੀ ਤਾਂ ਉਹਨੇ ਮੇਰਾ ਪਾਸਪੋਰਟ ਫੜ ਕੇ ਰੱਖ ਲਿਆ। ਮੇਰੇ ਕੋਲ ਉਸਦੀ ਗੱਲ ਮੰਨਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਜਦ ਉਸਨੂੰ ਕਿਹਾ ਕਿ ਮੈਨੂੰ ਤੈਨੂੰ ਨਹੀਂ ਜੀਤੀ ਨੂੰ ਪਸੰਦ ਕਰਦਾ ਹਾਂ, ਤਾਂ ਉਹ ਕਹਿੰਦੀ ਆ ਕਿ ਉਹਦਾ ਰਿਸ਼ਤਾ ਤਾਂ ਹੋ ਗਿਆ ਕਿਉਂਕਿ ਸਾਡਾ ਵਿਆਹ ਹੋ ਗਿਆ ਅਤੇ ਸਭ ਨੇ ਯਕੀਨ ਕਰ ਲਿਆ ਸੀ। ਇਹ ਖਬਰ ਉਹਨੇ ਪਿੰਡ ਪਹੁੰਚਾ ਦਿੱਤੀ ਸੀ। ਜੀਤੀ, ਫਿਰ ਕੀ ਹੋਇਆ, ਤੁਸੀਂ ਇੰਡੀਆ ਆ ਗਏ? ਹਰਭਜਨ, ਮੈਨੂੰ ਜਿਵੇਂ ਹੀ ਸੱਚ ਪਤਾ ਲੱਗਿਆ ਮੈਨੂੰ ਬਿਨਾਂ ਕੁਛ ਦੱਸੇ ਇੰਡੀਆ ਆਉਣ ਲੱਗਿਆ ਸੀ, ਪਰ ਕਿਵੇਂ ਆਉਂਦਾ, ਪਾਸਪੋਰਟ ਤਾਂ ਉਹਦੇ ਕੋਲ ਸੀ। ਫਿਰ ਜਿਵੇਂ ਕਿਵੇਂ ਮੈਨੂੰ ਪਾਸਪੋਰਟ ਮਿਲਿਆ, ਮੈਂ ਆਪਣੇ ਇੰਡੀਆ ਦੀ ਟਿਕਟ ਕਰਾਈ ਅਤੇ 4 ਦਿਨਾਂ ਵਿੱਚ ਇੰਡੀਆ ਆ ਗਿਆ। ਹਜੇ ਘਰ ਨਹੀਂ ਗਿਆ ਮੈਂ, ਪਹਿਲਾਂ ਤੈਨੂੰ ਸੱਚ ਦੱਸਣ ਆਇਆ। ਪਰ ਸੁਣਿਆ ਉਹ ਮੁੰਡਾ ਬੜਾ ਚੰਗਾ ਜਿਸ ਨਾਲ ਤੇਰਾ ਵਿਆਹ ਤੈਅ ਹੋਇਆ ਆ। ਤੁਸੀਂ ਦੋਵੇਂ ਖੁਸ਼ ਰਹੋ, ਰੱਬ ਨੂੰ ਦੁਆਵਾਂ ਕਰਦਾ ਹਾਂ। ਚੰਗਾ, ਚੱਲਦਾ ਹਾਂ ਹੁਣ ਮੈਂ। ਬਸ ਜੀਤੀ, ਮੇਰੇ ਬਾਰੇ ਗਲਤ ਨਾ ਸਮਝੀ, ਮੇਰੇ ਹਾਲਾਤ ਹੀ ਕੁਝ ਇਹੋ ਜਿਹੇ ਸੀ। ਬਾਕੀ ਮੈਂ ਤਾਂ ਸਿਰਫ ਤੇਰੀ ਖੁਸ਼ੀ ਚਾਹੁੰਦਾ ਹਾਂ। ਉਸਦੇ ਜਾਣ ਤੋਂ ਪਹਿਲਾਂ ਉਹ ਕੁੜੀ ਦੀ ਫੋਟੋ ਵੀ ਦੇਖ ਲੈਂਦੀ ਆ ਅਤੇ ਫਿਰ ਹਰਭਜਨ ਨੂੰ ਗੇਟ ਤੱਕ ਛੱਡ ਆਉਂਦੀ ਆ। ਆ ਕੇ ਉਹ ਉਸੇ ਬਾਰੇ ਸੋਚਦੀ ਰਹਿੰਦੀ ਆ ਅਤੇ ਕੁਝ ਸਮੇਂ ਬਾਅਦ ਉਸਨੂੰ ਸੁੱਖੀ ਦੀ ਵੀਡੀਓ ਕਾਲ ਆਉਂਦੀ ਆ ਅਤੇ ਉਹ ਖੁਸ਼ ਹੋ ਜਾਂਦੀ ਆ। ਫਿਰ ਵਿੱਚ ਹੀ ਰਣਵੀਰ ਦਾ ਫੋਨ ਆਉਣ ਲੱਗ ਜਾਂਦਾ ਆ ਤਾਂ ਜੀਤੀ ਉਹਨੂੰ ਵੀ ਵੀਡੀਓ ਕਾਲ ਕਰ ਲੈਂਦੀ ਆ। ਹੁਣ ਰਣਵੀਰ ਨੂੰ ਜੀਤੀ ਦੇ ਫੋਨ 'ਤੇ ਹੈਰਾਨੀ ਘੱਟ ਹੁੰਦੀ ਸੀ, ਪਰ ਉਹ ਕਦੇ ਵੀ ਕੰਮ ਦੇ ਟਾਈਮ 'ਤੇ ਫੋਨ ਨਹੀਂ ਕਰਦੀ ਸੀ। ਥੋੜ੍ਹੀ ਦੇਰ ਬਾਅਦ ਸੁੱਖੀ ਫੋਨ ਕਰ ਦਿੰਦੀ ਆ ਅਤੇ ਰਣਵੀਰ ਜੀਤੀ ਨਾਲ ਗੱਲ ਕਰਨ ਲੱਗ ਜਾਂਦਾ ਆ। ਰਣਵੀਰ ਜਦ ਕਰਦੀਆਂ ਬਾਕੀ ਮੈਂਬਰਾਂ ਬਾਰੇ ਪੁੱਛਦਾ ਆ ਤਾਂ ਉਹ ਦੱਸਦੀ ਆ ਕਿ ਸਾਰੇ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਨੇ ਅਤੇ ਅੱਜ ਬਾਜ਼ਾਰ ਗਏ ਨੇ ਕੁਝ ਸਮਾਨ ਖਰੀਦਣ ਲਈ। ਰਣਵੀਰ ਕਹਿੰਦਾ ਆ ਕਿ ਅੱਛਾ ਜੀ, ਮਤਲਬ ਇੱਧਰ ਵੀ ਤਿਆਰੀਆਂ ਜ਼ੋਰਾਂ 'ਤੇ ਨੇ, ਇੱਥੇ ਵੀ ਮੰਮੀ ਨੇ ਬਹੁਤ ਕੁਝ ਲਿਆ ਆ ਉਸ ਵਾਸਤੇ। ਅਤੇ ਫਿਰ ਉਹ ਕਹਿੰਦਾ ਆ ਕਿ ਹੁਣ ਤਾਂ ਕੁਝ ਕੁ ਦਿਨਾਂ ਦੀ ਗੱਲ ਆ, ਫਿਰ ਆਪਾਂ ਦੋਵੇਂ ਹਮੇਸ਼ਾ ਲਈ ਇਕੱਠੇ ਹੋਵਾਂਗੇ। ਜੀਤੀ ਨੂੰ ਕਾਰ ਦੇ ਹੋਰਨ ਦੀ ਆਵਾਜ਼ ਹੁੰਦੀ ਆ ਤਾਂ ਉਹ ਰਣਵੀਰ ਨੂੰ ਕਹਿੰਦੇ ਆ ਕਿ ਆਪਾਂ ਫਿਰ ਗੱਲ ਕਰਦੇ ਹਾਂ ਸਾਰੇ ਆ ਕੇ। ਰਣਵੀਰ ਉਸਨੂੰ ਬਾਈ ਕਹਿੰਦਾ ਆ ਅਤੇ ਕਹਿੰਦਾ ਆ ਕਿ ਖਿੱਚ ਲਈ ਤਿਆਰੀ ਹੁਣ,
ਸਹੁਰੇ ਘਰ ਆਉਣ ਦੀ। ਜਿੱਤੀ ਹੱਸ ਦਿੰਦੀ ਆ ਤੇ ਫੋਨ ਕਰ ਦਿੰਦੀ ਆ। ਜਿੱਤੀ ਗੇਟ ਖੋਲ੍ਹਦੀ ਆ ਤੇ ਬੈਠਣ ਤੋਂ ਬਾਅਦ ਸਭ ਨੂੰ ਪਾਣੀ ਪੜਾਉਂਦੀ ਆ। ਉਸ ਦੀ ਸੁੰਦਰੀ ਬੂਆ ਵੀ ਆਈ ਹੁੰਦੀ ਆ। ਜਿੱਤੀ ਕਹਿੰਦੀ ਆ ਕਿ ਭਾਬੀ ਜੀ ਮੈਨੂੰ ਦਿਖਾਓ ਕੀ ਲੈ ਕੇ ਆਏ ਹੋ। ਕੁਲਦੀਪ ਕਹਿੰਦੀ ਆ ਕਿ ਆ ਜਾ ਦਿਖਾਉਂਦੀ ਆ ਪਰ ਪਹਿਲਾਂ ਚਾਹ ਬਣਾ ਦੇਵਾਂ। ਸੁੰਦਰੀ ਬੂਆ ਕਹਿੰਦੀ ਆ ਕਿ ਤੂੰ ਦਿਖਾ ਸਮਾਨ ਮੇਰੀ ਧੀ ਨੂੰ, ਮੈਂ ਬਣਾਉਣੀ ਆ ਚਾਹ। ਕੁਲਦੀਪ ਜਿੱਤੀ ਨੂੰ ਸਮਾਨ ਦਿਖਾਉਣ ਲੱਗ ਜਾਂਦੀ ਆ ਤੇ ਗੱਲਾਂ ਗੱਲਾਂ ਵਿੱਚ ਕਦੋਂ ਸ਼ਾਮ ਤੋਂ ਰਾਤ ਹੋ ਜਾਂਦੀ ਆ ਪਤਾ ਹੀ ਨਹੀਂ ਲੱਗਦਾ। ਜਿੱਤੀ ਹਰਭਜਨ ਵਾਲੀ ਗੱਲ ਬਾਰੇ ਜ਼ਿਆਦਾ ਨਹੀਂ ਸੋਚਦੀ। ਇਹ ਕਹਿ ਕੇ ਛੱਡ ਦਿੰਦੀ ਆ ਕਿ ਮੈਂ ਸਿਰਫ ਆਪਣਾ ਧਿਆਨ ਆਉਣ ਵਾਲੀ ਜ਼ਿੰਦਗੀ 'ਤੇ ਹੀ ਦੇਵਾਂਗੀ। ਬੀਤੀ ਹੋਈ ਜ਼ਿੰਦਗੀ ਨੂੰ ਪਿੱਛੇ ਛੱਡ ਗਈ। ਜਿੱਤੀ ਹਰਭਜਨ ਬਾਰੇ ਰਣਵੀਰ ਨੂੰ ਦੱਸਣ ਲੱਗ ਜਾਂਦੀ ਆ ਤਾਂ ਰਣਵੀਰ ਕਹਿੰਦਾ ਆ ਕਿ ਛੱਡ ਕਿ ਉਸ ਬਾਰੇ ਕੀ ਗੱਲ ਕਰਨੀ ਆ। ਗੱਲਾਂ ਗੱਲਾਂ ਵਿੱਚ ਰਣਵੀਰ ਕਹਿੰਦਾ ਆ ਕਿ ਮੇਰੀ ਭੈਣ ਵੇਖ ਜੋ ਹੁਣ ਹੀ ਆਈ ਆ ਬਾਹਰੋਂ, ਸਾਡੇ ਵਿਆਹ ਦੀਆਂ ਤਿਆਰੀਆਂ ਏ ਜ਼ੋਰਾਂ ਸ਼ੋਰਾਂ 'ਤੇ ਆ ਅਤੇ ਪਤਾ ਆ ਉਹ ਖੁਦ ਆਪਣੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਕਰ ਰਹੀ ਆ। ਬੜੀ ਖੁਸ਼ ਆ ਉਹ ਮੇਰੇ ਵਿਆਹ ਨੂੰ ਲੈ ਕੇ। ਰਣਵੀਰ ਕਹਿੰਦਾ ਆ ਕਿ ਉਹ ਤਾਂ ਤੇਰੇ ਨਾਲ ਗੱਲ ਵੀ ਕਰਨਾ ਚਾਹੁੰਦੀ ਆ ਅਤੇ ਅੱਜ ਹੀ ਨੰਬਰ ਲੈ ਲਿਆ ਆ ਉਹਨੇ ਤੇਰਾ। ਉਹ ਫੋਨ ਕਰੂਗੀ ਕਹਿੰਦੀ ਸੀ। ਜਿੱਦੀ ਕਹਿੰਦੀ ਮੈਂ ਕਰ ਲੂੰ ਗੱਲ ਜੇ ਉਹਨਾਂ ਦਾ ਫੋਨ ਆਇਆ ਤਾਂ। ਕੁਛ ਹੋਰ ਗੱਲਾਂ ਕਰਨ ਤੋਂ ਬਾਅਦ ਜਿੱਤੀ ਫੋਨ ਕਰ ਦਿੰਦੇ ਆ। ਵਿਆਹ ਦੇ ਦਿਨ ਨੇੜੇ ਆ ਜਾਂਦੇ ਆ। ਕੁਲਦੀਪ ਜਿੱਤੀ ਨੂੰ ਕਹਿੰਦੀ ਆ ਕਿ ਹੁਣ ਤੂੰ ਛੁੱਟੀਆਂ ਕਿਉਂ ਨਹੀਂ ਲੈ ਲੈਂਦੀ ਤਾਂ ਜਿੱਤੀ ਕਹਿੰਦੀ ਆ ਕਿ ਘਰੇ ਕਿਹੜਾ ਕੰਮ ਕਰਨ ਦਿੰਦੇ ਹੋ ਤੁਸੀਂ ਮੈਨੂੰ, ਇਸ ਲਈ ਸਕੂਲ ਜਾ ਕੇ ਕੁਛ ਕੰਮ ਕਰ ਲੈਂਦੀ ਆ। ਕੁਲਦੀਪ ਹੱਸ ਕੇ ਕਹਿੰਦੀ ਆ ਕਿ ਜਿਵੇਂ ਤੈਨੂੰ ਠੀਕ ਲੱਗੇ। ਦਿਨ ਬੜੇ ਸੋਹਣੇ ਲੱਗ ਰਹੇ ਸੀ, ਸਾਰੇ ਬਹੁਤ ਖੁਸ਼ ਸੀ। ਜਿੱਤੀ ਦੇ ਵਿਆਹ ਦੀਆਂ ਤਿਆਰੀਆਂ ਵੀ ਵਧੀਆ ਚੱਲ ਰਹੀਆਂ ਸੀ, ਪਰ ਇੱਕ ਇਨਸਾਨ ਸੀ ਜੋ ਇਹ ਸਭ ਨਹੀਂ ਹੋਣ ਦੇਣਾ ਚਾਹੁੰਦਾ ਸੀ, ਜੋ ਰਣਵੀਰ ਅਤੇ ਜਿੱਤੀ ਦੀਆਂ ਖੁਸ਼ੀਆਂ 'ਤੇ ਆਪਣੀ ਬੁਰੀ ਨਜ਼ਰ ਲਾ ਛੱਕਿਆ ਸੀ। ਅੱਜ ਜਿੱਤੀ ਨੇ ਬਾਹਰ ਰਣਵੀਰ ਨੂੰ ਮਿਲਣ ਲਈ ਬੁਲਾਇਆ ਸੀ। ਰਣਵੀਰ ਖੁਸ਼ ਵੀ ਸੀ ਅਤੇ ਪਰੇਸ਼ਾਨ ਵੀ, ਆਖਿਰ ਜਿੱਤੀ ਕਿਉਂ ਮਿਲਣਾ ਚਾਹੁੰਦੀ ਆ। ਜਿੱਤੀ ਨੇ ਰਣਵੀਰ ਨੂੰ ਇਹ ਵੀ ਕਿਹਾ ਸੀ ਕਿ ਉਹ ਮਿਲ ਕੇ ਹੀ ਗੱਲ ਸਮਝਾ ਸਕਦੀ ਆ। ਜਿੱਤੀ ਉੱਥੇ ਹੀ ਰਣਵੀਰ ਦਾ ਇੰਤਜ਼ਾਰ ਕਰ ਰਹੀ ਹੁੰਦੀ ਆ ਜਿੱਤੀ ਉਹ ਕਈ ਦਿਨ ਪਹਿਲਾਂ ਮਿਲੇ ਸੀ। ਰਣਵੀਰ ਵੀ ਪਹੁੰਚ ਜਾਂਦਾ ਆ ਅਤੇ ਉਹ ਜਿੱਤੀ ਨੂੰ ਰਿਲੈਕਸ ਕਰਦਾ ਆ ਅਤੇ ਕਹਿੰਦਾ ਆ ਕੀ ਹੋਇਆ, ਇੰਨੀ ਪਰੇਸ਼ਾਨ ਕਿਉਂ ਆ। ਜਿੱਤੀ ਕਹਿੰਦੇ ਆ ਕਿ ਤੁਸੀਂ ਬੈਠੋ, ਦੱਸਦੀ ਹਾਂ। ਰਣਵੀਰ ਪਹਿਲਾਂ ਆਰਡਰ ਦੇ ਦੇਈਏ, ਫਿਰ ਰਣਵੀਰ ਪੁੱਛਦਾ ਆ ਕਿ ਹਾਂਜੀ ਜਿੱਤੀ ਦੱਸੋ ਕੀ ਗੱਲ ਆ ਅਤੇ ਨਾਲੇ ਇੰਨਾ ਪਰੇਸ਼ਾਨ ਕਿਉਂ ਹੋ ਤੁਸੀਂ। ਜਿੱਤੀ ਰਾਤ ਤੁਸੀਂ ਜੋ ਫੋਟੋ ਦਿਖਾਈ ਸੀ ਉਹ ਤੁਹਾਡੀ ਭੈਣ ਵਿੰਦਰ ਦੀ ਆ ਨਾ ਪੱਕਾ। ਰਣਵੀਰ ਹਾਂ, ਕੀ ਹੋਇਆ ਜਿੱਤੀ। ਜਿੱਤੀ ਮੈਂ ਤੁਹਾਨੂੰ ਦੱਸਿਆ ਸੀ ਕਿ ਹਰਭਜਨ ਮਿਲਣ ਲਈ ਆਇਆ ਸੀ ਤਾਂ ਉਹਦਾ ਜਿਸ ਕੁੜੀ ਨਾਲ ਵਿਆਹ। ਵੇਟਰ ਆ ਕੇ ਕਹਿੰਦਾ ਕਿ ਮੈਡਮ ਸਰ ਕੌਫੀ। ਰਣਵੀਰ ਰੱਖਣ ਦਾ ਇਸ਼ਾਰਾ ਕਰਦਾ ਆ ਅਤੇ ਉਸਦੇ ਜਾਣ ਤੋਂ ਬਾਅਦ ਜਿੱਤੀ ਦਾ ਹੱਥ ਫੜ ਕੇ ਕਹਿੰਦਾ ਆ ਕਿ ਜਿੱਤੀ ਬੋਲ ਕੀ ਕਿਹਾ ਉਸ ਦਿਨ, ਕੁਛ ਕਿਹਾ ਆ ਕਿ ਤੈਨੂੰ, ਜੇ ਕਿਹਾ ਆ ਤਾਂ ਮੈਂ ਹੁਣ ਹੀ ਕਰਦਾ ਹਾਂ ਉਹਦੇ ਨਾਲ ਤੂੰ ਹੱਥ। ਜਿੱਤੀ ਰਣਵੀਰ ਨੂੰ ਹਰਭਜਨ ਵੱਲੋਂ ਦੱਸੀ ਸਾਰੀ ਗੱਲ ਦੱਸਦੀ ਆ ਅਤੇ ਆਖਿਰ ਕਹਿੰਦੀ ਆ ਕਿ ਕੁੜੀ ਕੋਈ ਹੋਰ ਨਹੀਂ ਤੁਹਾਡੀ ਭੈਣ ਵਿੰਦਰ ਆ। ਰਣਵੀਰ ਕਹਿੰਦਾ ਆ ਕਿ ਜਿੱਤੀ ਕਮਲੀ ਹੈ ਤੂੰ ਉਸ ਇਨਸਾਨ 'ਤੇ ਭਰੋਸਾ ਕਰ ਰਹੀ ਆ, ਹੋ ਸਕਦਾ ਆ ਉਹਨੇ ਝੂਠ ਬੋਲਿਆ ਹੋਵੇ, ਤੂੰ ਉਸ ਹਰਭਜਨ 'ਤੇ
ਭਰੋਸਾ ਕਰ ਰਹੀ ਹਾਂ ਜਿਸ ਨੇ ਤੇਰਾ ਇੱਕ ਵਾਰ ਬਾਹਰ ਜਾਣ ਤੋਂ ਬਾਅਦ ਹਾਲ ਚਾਲ ਤੱਕ ਨਹੀਂ ਪੁੱਛਿਆ ਆ। ਜਿੱਦੀ ਕਹਿੰਦੀ ਆ ਕਿ ਪਰ ਰਣਵੀਰ ਦੋਨੋਂ ਵਿੱਚ ਇੱਕ ਤਾਂ ਝੂਠਾ ਹੈ ਨਾ। ਰਣਵੀਰ ਹਰਭਜਨ ਹੀ ਝੂਠ ਬੋਲਦਾ ਆ। ਜਿੱਦੀ ਅਤੇ ਰਣਵੀਰ ਦੀ ਇਸ ਗੱਲ 'ਤੇ ਬਹਿਸ ਵੱਧ ਜਾਂਦੀ ਆ ਅਤੇ ਰਣਵੀਰ ਉੱਥੋਂ ਗੁੱਸੇ ਵਿੱਚ ਚਲਾ ਜਾਂਦਾ ਆ। ਜਿੱਦੀ ਹਜੇ ਉੱਥੇ ਹੀ ਬੈਠੀ ਹੁੰਦੀ ਆ ਅਤੇ ਜਦੋਂ ਜਾਣ ਲੱਗਦੀ ਆ ਤਾਂ ਵਿੰਦਰ ਆ ਜਾਂਦੀ ਆ ਅਤੇ ਕਹਿੰਦੀ ਆ ਕਿ ਭਾਬੀ ਜੀ ਤੁਹਾਡੇ ਨਾਲ ਗੱਲ ਕਰਨੀ ਆ। ਜਿੱਦੀ ਕਹਿੰਦੀ ਆ ਕਿ ਪਰਵਿੰਦਰ ਤੂੰ ਕੀ ਕਰ ਰਹੀ ਆ ਇੱਥੇ। ਵਿੰਦਰ ਭਾਬੀ ਜੀ ਬੈਠੋ ਬੈਠ ਕੇ ਗੱਲ ਕਰਦੀ ਹਾਂ। ਕਿਰਤੀ ਜਿੱਤੀ ਨੂੰ ਕੁਝ ਦੇਰ ਤੱਕ ਸਮਝਾਉਂਦੀ ਆ ਜਾਂ ਦੱਸਦੀ ਆ। ਜਿੱਤੀ ਉਸਦੀ ਗੱਲ ਸੁਣ ਕੇ ਮਨ ਵਿੱਚ ਕਹਿੰਦੀ ਆ ਕਿ ਕਿਸ 'ਤੇ ਯਕੀਨ ਕਰਾਂ, ਜੋ ਵਿੰਦਰ ਨੇ ਕਿਹਾ ਉਹ ਜਾਂ ਫਿਰ ਜੋ ਹਰਭਜਨ ਨੇ ਕਿਹਾ ਉਹ। ਦੋਹਾਂ ਦੀਆਂ ਗੱਲਾਂ ਸੱਚੀਆਂ ਲੱਗਦੀਆਂ ਨੇ ਪਰ ਹੈ ਇੱਕ ਦੂਜੇ ਦੀ ਉਲਟ। ਜਿੱਤੀ ਅਤੇ ਵਿੰਦਰ ਥੋੜ੍ਹੀ ਦੇਰ ਗੱਲਾਂ ਕਰਦੀਆਂ ਨੇ ਤਾਂ ਜਿੱਤੀ ਕਹਿੰਦੀ ਆ ਕਿ ਵਿੰਦਰ ਤੁਸੀਂ ਘਰ ਜਾਓ, ਰਣਵੀਰ ਅਤੇ ਬਾਕੀ ਸਾਰੇ ਤੁਹਾਡੀ ਫਿਕਰ ਕਰ ਰਹੇ ਹੋਣਗੇ। ਵਿੰਦਰ ਕਹਿੰਦੀ ਆ ਕਿ ਠੀਕ ਆ ਭਾਬੀ, ਤੁਸੀਂ ਆਪਣਾ ਧਿਆਨ ਰੱਖਿਓ। ਵਿੰਦਰ ਦੇ ਜਾਣ ਤੋਂ ਬਾਅਦ ਉੱਥੇ ਰਣਵੀਰ ਆ ਜਾਂਦਾ ਆ ਅਤੇ ਜਿੱਤੀ ਨੂੰ ਕੁਝ ਸਮਝਾ ਕੇ ਚਲਾ ਜਾਂਦਾ ਆ। ਜਿੱਥੇ ਜਿੱਤੀ ਹੁੰਦੀ ਆ ਉੱਥੇ ਹਰਭਜਨ ਆ ਜਾਂਦਾ ਆ ਅਤੇ ਕਹਿੰਦਾ ਆ ਕਿ ਹਾਂ ਜਿੱਤੀ ਸਭ ਠੀਕ ਤਾਂ ਹੈ ਨਾ, ਤੁਸੀਂ ਫੋਨ ਕਰਕੇ ਬੁਲਾਇਆ ਆ ਮੈਨੂੰ। ਜਿੱਤੀ ਕਹਿੰਦੀ ਆ ਕਿ ਹਰਭਜਨ ਕੁਝ ਠੀਕ ਨਹੀਂ ਹੈਗਾ, ਰਣਵੀਰ ਮੇਰੇ ਨਾਲ ਵਿਆਹ ਕਰਵਾਉਣ ਲਈ ਤਿਆਰ ਨਹੀਂ, ਪਰ ਤੂੰ ਤਾਂ ਕਰਵਾਏਂਗਾ ਨਾ। ਹਰਭਜਨ ਕਹਿੰਦਾ ਆ ਕਿ ਜਿੱਤੀ ਤੂੰ ਠੀਕ ਆ ਨਾ, ਕੀ ਕਹਿ ਰਹੀ ਆ, ਵਿਆਹ ਤੇਰਾ ਤੇ ਰਣਵੀਰ ਦਾ ਆ, ਮੈਂ ਕਿੱਥੋਂ ਆ ਗਿਆ ਤੁਹਾਡੇ ਦੋਹਾਂ ਦੇ ਵਿੱਚ। ਜਿੱਦੀ ਕਹਿੰਦੀ ਆ ਕਿ ਉਹ ਇਸ ਲਈ ਕਿਉਂਕਿ ਰਣਵੀਰ ਨੇ ਮਨ੍ਹਾ ਕਰ ਦਿੱਤਾ ਆ ਮੇਰੇ ਨਾਲ ਵਿਆਹ ਕਰਵਾਉਣ ਲਈ, ਸਾਡਾ ਰਿਸ਼ਤਾ ਟੁੱਟ ਚੁੱਕਿਆ ਆ ਕਿਉਂਕਿ ਉਹਨੂੰ ਲੱਗਦਾ ਆ ਕਿ ਆਪਣੇ ਵਿੱਚ ਕੁਝ ਚੱਲ ਰਿਹਾ ਆ ਅਤੇ ਮੈਂ ਮਾਪਿਆਂ ਸਿਰ ਹੋਰ ਬੋਝ ਨਹੀਂ ਬਣ ਸਕਦੀ, ਚੱਲ ਆਪਾਂ ਅੱਜ ਹੀ ਦੋਵੇਂ ਕੋਰਟ ਮੈਰਿਜ ਕਰਵਾ ਲੈਂਦੇ ਹਾਂ। ਹਰਭਜਨ ਮਨ ਵਿੱਚ ਕਹਿੰਦਾ ਆ ਕਿ ਹੋਣਾ ਤਾਂ ਸੀ ਇਹ ਇੱਕ ਦਿਨ, ਪਰ ਇੰਨੀ ਛੇਤੀ ਹੋਣਾ ਸੀ ਇਹ ਨਹੀਂ ਪਤਾ ਸੀ। ਹਰਭਜਨ ਝੂਠੀ ਹਮਦਰਦੀ ਦਿਖਾਉਂਦਾ ਹੋਇਆ ਕਹਿੰਦਾ ਆ ਕਿ ਜੀਤੀ ਤੁਸੀਂ ਇੱਕ ਵਾਰ ਹੋਰ ਸੋਚ ਲਓ, ਇਹ ਤੁਹਾਡੀ ਪੂਰੀ ਜ਼ਿੰਦਗੀ ਦਾ ਸਵਾਲ ਆ। ਜੀਤੀ ਕਹਿੰਦੀ ਆ ਕਿ ਉਹ ਤਾਂ ਹੁਣ ਬਰਬਾਦ ਹੋ ਹੀ ਚੁੱਕੀ ਆ। ਹਰਭਜਨ ਜੀ, ਜੇ ਤੁਸੀਂ ਮੇਰੇ ਨਾਲ ਵਿਆਹ ਨਾ ਕਰਵਾਇਆ, ਇਹ ਕਹਿੰਦੇ ਹੋਏ ਜੀਤੀ ਰੋਣ ਲੱਗ ਜਾਂਦੀ ਆ। ਹਰਭਜਨ ਉਸ ਦੇ ਹੱਥ 'ਤੇ ਆਪਣਾ ਹੱਥ ਰੱਖਦੇ ਹੋਏ ਕਹਿੰਦਾ ਆ ਕਿ ਤੁਸੀਂ ਫਿਕਰ ਨਾ ਕਰੋ ਜੀਤੀ, ਮੈਂ ਤੁਹਾਡੇ ਨਾਲ ਹਾਂ। ਜਿੱਤੀ ਥੋੜ੍ਹੀ ਸ਼ਾਂਤ ਹੋ ਜਾਂਦੀ ਆ। ਜਿੱਤੀ ਕਹਿੰਦੀ ਆ ਕਿ ਹਜੇ ਸਮਾਂ ਹੈਗਾ, ਤੁਸੀਂ ਚਲੋ ਮੇਰੇ ਨਾਲ। ਹਰਭਜਨ ਕਹਿੰਦਾ ਆ ਕਿ ਹੁਣ ਹੀ ਜਿੱਤੀ। ਜਿੱਤੀ ਕਹਿੰਦੀ ਆ ਕਿ ਹਾਂ, ਅੱਜ ਮੈਂ ਆਪਣੇ ਘਰ ਨਹੀਂ ਜਾਣਾ ਕਿਸੇ ਵੀ ਕੀਮਤ 'ਤੇ। ਹਰਭਜਨ, ਸਾਰੇ ਰਿਸ਼ਤਾ ਟੁੱਟਣ ਦਾ ਕਸੂਰਵਾਰ ਮੇਰੇ ਘਰੇ ਮੈਨੂੰ ਮੰਨਦੇ ਆ। ਹਰਭਜਨ ਥੋੜ੍ਹਾ ਸੋਚਣ ਲੱਗ ਜਾਂਦਾ ਆ ਤਾਂ ਜਿੱਤੀ ਕਹਿੰਦੀ ਆ ਕਿ ਪਰ ਤੁਸੀਂ ਤਾਂ ਨਹੀਂ ਨਾ ਕਰੋਗੇ ਨਾ, ਜੇ ਤੁਸੀਂ ਨਾ ਕੀਤੀ ਨਾ ਮੈਂ ਅੱਜ ਹੀ ਇੱਥੇ ਆਪਣੀ ਜਾਨ ਦੇ ਦੇਣੀ ਆ। ਹਰਭਜਨ ਕਹਿੰਦਾ ਆ ਕਿ ਨਾ ਜੀਤੀ, ਇੱਦਾਂ ਨਹੀਂ ਕਰਨਾ, ਆਪਾਂ ਚੱਲਦੇ ਹਾਂ ਅਤੇ ਅੱਜ ਹੀ ਕੋਰਟ ਮੈਰਿਜ ਕਰਵਾ ਲੈਂਦੇ ਹਾਂ। ਪਰ ਇਹ ਸਭ ਹੋਇਆ ਕਿਵੇਂ, ਇਹੋ ਜਿਹੀ ਕਿਹੜੀ ਗੱਲ ਸੀ ਜੋ ਰਣਵੀਰ ਨੇ ਰਿਸ਼ਤਾ ਤੋੜ ਦਿੱਤਾ। ਜਿੱਤੀ ਕਹਿੰਦੀ ਆ ਕਿ ਇਸਨੇ ਰਣਵੀਰ ਨੂੰ ਦੱਸਿਆ ਸੀ ਕਿ ਜਦ ਘਰ ਕੋਈ ਨਹੀਂ ਸੀ ਤਾਂ ਤੁਸੀਂ ਮੈਨੂੰ ਮਿਲਣ ਆਏ ਸੀ, ਤਾਂ ਉਹਨੇ ਮੇਰੇ ਨਾਲ ਲੜਨਾ ਸ਼ੁਰੂ ਕਰ ਦਿੱਤਾ। ਇਹ ਕਹਿੰਦੇ ਹੋਏ ਜਿੱਤੀ ਰੋਣ ਲੱਗ ਜਾਂਦੀ ਆ। ਹਰਭਜਨ ਕਹਿੰਦਾ ਆ
ਕਿ ਠੀਕ ਆ ਚਲੋ ਚੱਲਦੇ ਹਾਂ ਆਪਾਂ ਕੋਰਟ ਅੱਜ ਹੀ। ਉਹ ਦੋਨੋਂ ਕੋਰਟ ਚਲੇ ਜਾਂਦੇ ਆ। ਜਿੱਤੇ ਕਹਿੰਦੇ ਆ ਕਿ ਮੇਰੇ ਕੋਲ ਤਾਂ ਕੁਛ ਵੀ ਨਹੀਂ ਹੈਗਾ, ਨਾ ਕੱਪੜੇ ਨਾ ਕੁਛ ਹੋਰ। ਤਾਂ ਹਰਭਜਨ ਕਹਿੰਦਾ ਆ ਕਿ ਕੋਈ ਗੱਲ ਨਹੀਂ, ਆਪਾਂ ਰਾਹ ਵਿੱਚੋਂ ਲੈ ਲਵਾਂਗੇ। ਫਿਰ ਉਹ ਦੋਨੋਂ ਕੋਰਟ ਪਹੁੰਚ ਜਾਂਦੇ ਆ। ਥੋੜ੍ਹੀ ਦੇਰ ਬਾਅਦ ਹਰਭਜਨ ਦਾ ਵਕੀਲ ਵੀ ਆ ਜਾਂਦਾ ਆ ਅਤੇ ਉਹ ਸਾਰੇ ਪੇਪਰ ਰੈਡੀ ਕਰਵਾ ਲੈਂਦਾ ਹੈ। ਫਿਰ ਉਹ ਇੱਕ ਕਮਰੇ ਵਿੱਚ ਚਲੇ ਜਾਂਦੇ ਨੇ ਜਿੱਥੇ ਜੱਜ ਉਹਨਾਂ ਤੋਂ ਉਹਨਾਂ ਦੀ ਮਰਜ਼ੀ ਪੁੱਛਦਾ ਆ ਅਤੇ ਫਿਰ ਕਾਗਜ਼ 'ਤੇ ਸਾਈਨ ਕਰਨ ਲਈ ਕਹਿੰਦਾ ਆ। ਵਕੀਲ 3-4 ਥਾਂ 'ਤੇ ਹਰਭਜਨ ਤੋਂ ਸਾਈਨ ਕਰਵਾਉਂਦਾ ਆ, ਪਰ ਜਦ ਵਕੀਲ ਕਾਗਜ਼ ਫੜਨ ਲੱਗਦਾ ਆ ਤਾਂ ਇੱਕ ਬੁਰਕੇ ਵਾਲਾ ਇਨਸਾਨ ਅੰਦਰ ਆ ਜਾਂਦਾ ਆ ਅਤੇ ਆ ਕੇ ਵਕੀਲ ਦੇ ਵਿੱਚ ਵੱਸਦਾ ਆ ਅਤੇ ਉਹ ਸਾਈਨ ਕੀਤੇ ਫਾਈਲ 'ਚੋਂ ਕੁਝ ਕਾਗਜ਼ ਕੱਢ ਕੇ ਆਪਣੇ ਕੋਲ ਰੱਖ ਲੈਂਦਾ ਆ ਅਤੇ ਬਾਕੀ ਉਸਨੂੰ ਵਾਪਸ ਕਰ ਦਿੰਦਾ ਆ ਅਤੇ ਕਹਿੰਦਾ ਆ ਕਿ ਭਾਅ ਜੀ ਸੰਭਾਲ ਕੇ। ਸਿਰ 'ਤੇ ਅੰਮ੍ਰਿਤਸਰੀ ਪੱਗ ਵੀ ਚਿੰਨੀ ਹੁੰਦੀ ਆ ਅਤੇ ਉਹ ਇਨਸਾਨ ਪੇਪਰ ਵਾਪਸ ਦੇ ਕੇ ਸਾਈਡ 'ਤੇ ਹੋ ਜਾਂਦਾ ਆ ਅਤੇ ਵਕੀਲ ਸਾਹਿਬ ਪੇਪਰ ਜੱਜ ਨੂੰ ਦਿਖਾਉਂਦਾ ਆ ਅਤੇ ਮੁੜ ਵਕੀਲ ਨੂੰ ਜੀਤੀ ਦੇ ਸਾਈਨ ਲੈਣ ਲਈ ਕਹਿੰਦਾ ਆ। ਧੰਨਵਾਦ ਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ। ਬਾਕੀ ਕੱਲ੍ਹ ਦੀ ਵੀਡੀਓ 'ਚ ਲੈ ਕੇ ਹਾਜ਼ਰ ਹੋਵਾਂਗੇ ਜੀ। ਬਣੇ ਰਹੋ ਚੈਨਲ ਦੇ ਨਾਲ, ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ। ਸਤਿ ਸ਼੍ਰੀ ਅਕਾਲ।